ਦਨ ਘੰਟੇ ਹੋਟਲ ਚ ਰੁਕੇ ਸਨ ਸੀਐਮ ਕੇਜਰੀਵਾਲ ਤੇ ਭਗਵੰਤ ਮਾਨ ਹੋਟਲ ਦਾ ਬਿੱਲ ਆਇਆ 218000 ਰੁਪਏ ਪ੍ਰਸ਼ਾਸਨ ਨੂੰ ਭੇਜਿਆ ਗਿਆ ਬਿੱਲ ਵਿਰੋਧੀ ਧਿਰਾਂ ਚੁੱਕ ਰਹੀਆਂ ਨੇ ਸਵਾਲ ਢੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਰਣਵੀਰ ਸਿੰਘ ਰਾਣਾ ਦੱਸ ਦਈਏ ਕਿ 15 ਜੂਨ ਨੂੰ ਸੀਐਮ ਕੇਜਰੀਵਾਲ ਜਾਨੀ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਜਲੰਧਰ ਪਹੁੰਚੇ ਸਨ ਸੀਐਮ ਭਗਵੰਤ ਮਾਨ ਵੀ ਉਹਨਾਂ ਦੇ ਨਾਲ ਸਨ ਤੇ ਦਿੱਲੀ 에ਅਰਪੋਰਟ ਨੂੰ ਬੱਸਾਂ ਚਲਾਉਣ ਲਈ ਹਰੀ ਝੰਡੀ ਦੇਣ ਲਈ ਪਹੁੰਚੇ ਸਨ ਪਰ ਹੁਣ ਆਰਟੀਆਈ ਦੇ ਵਿੱਚ ਖੁਲਾਸਾ ਹੋਇਆ ਏ ਕਿ ਜਿਸ ਹੋਟਲ ਦੇ ਵਿੱਚ 3 ਘੰਟੇ ਸੀਐਮ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਸਣੇ ਉਹਨਾਂ ਦੀ ਟੀਮ ਰੁਕੀ ਸੀ ਉਸ ਦਾ ਬਿੱਲ ਸਿਰਫ 3 ਘੰਟਿਆਂ ਦਾ 218000 ਆਇਆ ਹੈ ਅਤੇ ਉਹ ਬਿੱਲ ਵੀ ਪ੍ਰਸ਼ਾਸਨ ਨੂੰ ਭੇਜ ਦਿੱਤਾ ਗਿਆ ਹੈ ਤਾਂ ਹੁਣ ਵਿਰੋਧੀ ਧਿਰਾਂ ਸਵਾਲ ਚੁੱਕ ਰਹੀਆਂ ਨੇ ਕਿ ਜੇਕਰ ਤੁਸੀਂ ਆਮ ਆਦਮੀ ਹੋ ਤਾਂ ਤੁਸੀਂ ਹੋਟਲ ਦੇ ਵਿੱਚ ਇਨਾ ਮਹਿੰਗਾ ਬਿੱਲ ਦਿੱਤਾ ਤਾਂ ਤੁਸੀਂ ਆਪਣੀ ਜੇਬ ਚੋਂ ਭਰੋ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਬਿੱਲ ਜਾਂ ਖਜ਼ਾਨੇ ਦੇ ਵਿੱਚੋਂ ਇਹ ਬਿੱਲ ਕਿਉਂ ਭਰਿਆ ਜਾ ਰਿਹਾ ਹੈ ਤੇ ਤੁਸੀਂ ਸਰਕਟ ਹਾਊਸ ਕਿਉਂ ਨਹੀਂ ਠਹਿਰੇ ਇਹ ਵੀ ਸਵਾਲ ਪੁੱਛੇ ਗਏ ਨੇ ਦੱਸਦੀ ਹੈ ਕਿ ਜਲੰਧਰ ਸ਼ੌਣੀ ਤੋਂ ਵਿਧਾਇਕ ਪ੍ਰਗਟ ਸਿੰਘ ਨੇ ਟਵੀਟ ਕਰਕੇ ਇਹ ਸਵਾਲ ਪੁੱਛੇ ਨੇ ਇਸ ਤੋਂ ਬਿਨਾ ਸੁਖਪਾਲ ਖੈਰਾ ਨੇ ਵੀ ਇਸ ਤੇ ਸਵਾਲ ਚੁੱਕਿਆ ਹੈ ਦੱਸਦੀਏ ਕਿ ਜਿਹੜਾ ਹੋਟਲ ਦਾ ਬਿੱਲ ਹੈ 218000 ਰੁਪਏ ਆਇਆ ਹੈ ਤੇ ਇਸ ਨੂੰ ਲੈ ਕੇ ਕਾਂਗਰਸ ਹਮਲਾਵਰ ਹੈ ਦੱਸਦੀਏ ਕਿ ਪ੍ਰਸ਼ਾਸਨ ਨੂੰ ਇਹ ਬਿੱਲ ਭੇਜ ਦਿੱਤਾ ਗਿਆ ਹੈ ਤੇ ਆਰਟੀਆਈ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਸਿਰਫ 3 ਘੰਟੇ ਰੁਕੇ ਸਨ ਇਸ ਹੋਟਲ ਦੇ ਵਿੱਚ ਆਰਟੀਆਈ ਦੇ ਰਾਹੀਂ ਇਹ ਸੂਚਨਾ ਮਿਲੀ ਹੈ ਇਸ ਦੌਰਾਨ 6 ਕਮਰਿਆਂ ਦਾ ਬਿੱਲ 137000 38 ਲੰਚ ਬਾਕਸ 80712 ਦੇ ਇਸ ਤੋਂ ਇਲਾਵਾ ਆਪ ਦੇ ਦਿੱਲੀ ਦੇ ਨੇਤਾ ਰਾਮ ਕੁਮਾਰ ਚਾ ਦੇ ਰੁਕਣ ਵਾਸਤੇ ਅਤੇ ਸਟੇ ਦੇ ਲਈ 50902 ਰੁਪਏ ਦਾ ਬਿੱਲ ਅਤੇ 17788 ਰੁਪਏ ਕੇਜਰੀਵਾਲ ਦੀ ਰੂਮ ਸਰਵਿਸ 22836 ਰੁਪਏ ਸੀਐਮ ਮੰਦਿਰ ਰੂਮ ਸਰਵਿਸ 15460 ਰੁਪਏ ਦਿੱਲੀ ਟਰਾਂਸਪੋਰਟ ਕੈਲਾਸ਼ ਗਹਿਲੋਤ 22416 ਰੁਪਏ ਪ੍ਰਕਾਸ਼ ਝਾ ਅਤੇ 8062 ਰੁਪਏ ਕੇਜਰੀਵਾਲ ਦੇ ਪਰਸਨਲ ਸੈਕਟਰੀ ਦੇ ਰੂਮ ਸਰਵਿਸ ਦੇ ਬਦਲੇ ਚਾਰਜ ਕੀਤੇ ਗਏ ਨੇ ਤਬੇਦਾਇਕ ਪ੍ਰਗਟ ਸਿੰਘ ਨੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਉਦਾਈ ਕੀਤੀ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਇਹ ਸਹੀ ਨਹੀਂ ਹੈ ਜੇ ਤੁਸੀਂ ਆਮ ਆਦਮੀ ਹੋ ਤਾਂ ਹੁਣ ਆਮ ਬੰਗਰਾਓ ਤੁਸੀਂ ਸਰਕਟ ਹਾਊਸ ਠਹਿਰ ਸਕਦੇ ਸੀ ਪਰ ਤੁਸੀਂ 4 ਸਟਾਰ ਹੋਟਲ ਦੇ ਵਿੱਚ ਰਹੇ ਹੋ ਸੁਖਪਾਲ ਖੈਰਾ ਨੇ ਵੀ ਕਿਹਾ ਹੈ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਖੁਦ ਬਿੱਲ ਭਰਨ ਨਾ ਕਿ ਸਰਕਾਰੀ ਖਜ਼ਾਨੇ ਦੇ ਵਿੱਚੋਂ ਇਹ ਬਿੱਲ ਭਰਿਆ ਜਾਵੇ ਤਾਂ ਦੱਸ ਦਿਓ ਕਿ 15 ਜੂਨ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪ ਸੁਪਰੀਮੋ ਪੰਜਾਬ ਪਹੁੰਚੇ ਸਨ 15 ਜੂਨ ਨੂੰ ਜਲੰਧਰ ਪਹੁੰਚੇ ਸਨ 에어ਪੋਰਟ ਨੂੰ ਜਾਣ ਵਾਲੀਆਂ ਬੱਸਾਂ ਨੂੰ ਹਰੀ ਝੰਡੀ ਦਿਖਾਈ ਗਈ ਸੀ ਸੀਐਮ ਭਗਵੰਤ ਮਾਨ ਉਹਨਾਂ ਦੇ ਨਾਲ ਸਨ ਤੇ ਇਸ ਦੌਰਾਨ 3 ਘੰਟੇ ਦੇ ਲਈ ਮਹਿਜ਼ 3 ਘੰਟੇ ਦੇ ਲਈ ਇੱਕ ਹੋਟਲ ਦੇ ਵਿੱਚ ਰੁਕਦੇ ਨੇ ਉਹਨਾਂ ਦੀ ਟੀਮ ਰੁਕਦੀ ਹੈ ਤੇ ਸਾਰਾ ਖਰਚਾ ਜਿਹੜਾ ਇਹ 218000 ਰੁਪਏ ਹੈ ਇਹ ਸਰਕਾਰ ਦੇ ਖਜ਼ਾਨੇ ਤੇ ਪਾਇਆ ਗਿਆ ਹੈ ਤੇ ਵਿਰੋਧੀ ਧਿਰਾਂ ਇਸ ਤੇ ਸਵਾਲ ਚੁੱਕ ਰਹੀਆਂ ਨੇ ਕਿ ਆਪਣੀ ਜੇਬ ਦੇ ਵਿੱਚੋਂ ਭਰਨਾ ਚਾਹੀਦਾ ਹੈ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਕੀ ਸਹੀ ਹੈ ਕੀ ਗਲਤ 15 ਜੂਨ ਨੂੰ ਸੀਐਮ ਕੇਜਰੀਵਾਲ ਜਾਨੀ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਜਲੰਧਰ ਪਹੁੰਚੇ ਸਨ ਸੀਐਮ ਭਗਵੰਤ ਮਾਨ ਵੀ ਉਹਨਾਂ ਦੇ ਨਾਲ ਸਨ ਤੇ ਦਿੱਲੀ 에য়ারਪੋਰਟ ਨੂੰ ਬੱਸਾਂ ਚਲਾਉਣ ਲਈ ਹਰੀ ਚੰਡੀ ਦੇਣ ਲਈ ਪਹੁੰਚੇ ਸਨ ਪਰ ਹੁਣ ਆਰਟੀਆਈ ਦੇ ਵਿੱਚ ਖੁਲਾਸਾ ਹੋਇਆ ਏ ਕਿ ਜਿਸ ਹੋਟਲ ਦੇ ਵਿੱਚ 3 ਘੰਟੇ ਸੀਐਮ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਸਣੇ ਉਹਨਾਂ ਦੀ ਟੀਮ ਰੁਕੀ ਸੀ ਉਸ ਦਾ ਬਿੱਲ ਸਿਰਫ 3 ਘੰਟਿਆਂ ਦਾ 218000 ਆਇਆ ਹੈ ਅਤੇ ਉਹ ਬਿੱਲ ਵੀ ਪ੍ਰਸ਼ਾਸਨ ਨੂੰ ਭੇਜ ਦਿੱਤਾ ਗਿਆ ਹੈ ਤਾਂ ਹੁਣ ਵਿਰੋਧੀ ਧਿਰਾਂ ਸਵਾਲ ਚੁੱਕ ਰਹੀਆਂ ਨੇ ਕਿ ਜੇਕਰ ਤੁਸੀਂ ਆਮ ਆਦਮੀ ਹੋ ਤਾਂ ਤੁਸੀਂ ਹੋਟਲ ਦੇ ਵਿੱਚ ਇਨਾ ਮਹਿੰਗਾ ਬਿੱਲ ਦਿੱਤਾ ਤਾਂ ਤੁਸੀਂ ਆਪਣੀ ਜੇਬ ਚੋਂ ਭਰੋ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਬਿੱਲ ਜਾਂ ਖਜ਼ਾਨੇ ਦੇ ਵਿੱਚੋਂ ਇਹ ਬਿੱਲ ਕਿਉਂ ਭਰਿਆ ਜਾ ਰਿਹਾ ਹੈ ਤੇ ਤੁਸੀਂ ਸਰਕਟ ਹਾਊਸ ਕਿਉਂ ਨਹੀਂ ਠਹਿਰੇ ਇਹ ਵੀ ਸਵਾਲ ਪੁੱਛੇ ਗਏ ਨੇ ਦੱਸ ਦਈਏ ਕਿ ਜਲੰਧਰ ਸ਼ੌਣੀ ਤੋਂ ਵਿਧਾਇਕ ਪ੍ਰਗਟ ਸਿੰਘ ਨੇ ਟਵੀਟ ਕਰਕੇ ਇਹ ਸਵਾਲ ਪੁੱਛੇ ਨੇ ਇਸ ਤੋਂ ਬਿਨਾ ਸੁਖਪਾਲ ਖੈਰਾ ਨੇ ਵੀ ਇਸ ਤੇ ਸਵਾਲ ਚੁੱਕਿਆ ਏ ਦੱਸ ਦਈਏ ਕਿ ਜਿਹੜਾ ਹੋਟਲ ਦਾ ਬਿੱਲ ਹੈ 218000 ਰੁਪਏ ਆਇਆ ਏ ਤੇ ਇਸ ਨੂੰ ਲੈ ਕੇ ਕਾਂਗਰਸ ਹਮਲਾਵਰ ਹੈ ਦੱਸ ਦਈਏ ਕਿ ਪ੍ਰਸ਼ਾਸਨ ਨੂੰ ਇਹ ਬਿੱਲ ਭੇਜ ਦਿੱਤਾ ਗਿਆ ਏ ਤੇ ਆਰਟੀਆਈ ਦੇ ਵਿੱਚ ਇਹ ਖੁਲਾਸਾ ਹੋਇਆ ਏ ਦੱਸਿਆ ਇਹ ਜਾ ਰਿਹਾ ਹੈ ਕਿ ਸਿਰਫ 3 ਘੰਟੇ ਰੁਕੇ ਸਨ ਇਸ ਹੋਟਲ ਦੇ ਵਿੱਚ ਆਰਟੀਆਈ ਦੇ ਰਾਹੀਂ ਇਹ ਸੂਚਨਾ ਮਿਲੀ ਹੈ ਇਸ ਦੌਰਾਨ 6 ਕਮਰਿਆਂ ਦਾ ਬਿੱਲ 137000 38 ਲੰਚ ਬਾਕਸ 80712 ਦੇ ਇਸ ਤੋਂ ਇਲਾਵਾ ਆਪ ਦੇ ਦਿੱਲੀ ਦੇ ਨੇਤਾ ਰਾਮ ਕੁਮਾਰ ਚਾ ਦੇ ਰੁਕਣ ਵਾਸਤੇ ਅਤੇ ਸਟੇ ਦੇ ਲਈ 50902 ਰੁਪਏ ਦਾ ਬਿੱਲ ਅਤੇ 17788 ਰੁਪਏ ਕੇਜਰੀਵਾਲ ਦੀ ਰੂਮ ਸਰਵਿਸ 22836 ਰੁਪਏ ਸੀਐਮ ਮੰਦਿਰ ਰੂਮ ਸਰਵਿਸ 15460 ਰੁਪਏ ਦਿੱਲੀ ਟਰਾਂਸਪੋਰਟ ਕੈਲਾਸ਼ ਗਹਿਲੋਤ 22416 ਰੁਪਏ ਪ੍ਰਕਾਸ਼ ਝਾ ਅਤੇ 8062 ਰੁਪਏ ਕੇਜਰੀਵਾਲ ਦੇ ਪਰਸਨਲ ਸੈਕਟਰੀ ਦੇ ਰੂਮ ਸਰਵਿਸ ਦੇ ਬਦਲੇ ਚਾਰਜ ਕੀਤੇ ਗਏ ਨੇ ਤਬੇਦਾਇਕ ਪ੍ਰਗਟ ਸਿੰਘ ਨੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਅਦਾਇਗੀ ਤੇ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਇਹ ਸਹੀ ਨਹੀਂ ਹੈ ਜੇ ਤੁਸੀਂ ਆਮ ਆਦਮੀ ਹੋ ਤਾਂ ਹੁਣ ਆਮ ਬੰਗਰੋਂ ਤੁਸੀਂ ਸਰਕਟ ਹਾਊਸ ਠਹਿਰ ਸਕਦੇ ਸੀ ਪਰ ਤੁਸੀਂ 4 ਸਟਾਰ ਹੋਟਲ ਦੇ ਵਿੱਚ ਰਹੇ ਹੋ ਸੁਖਪਾਲ ਖੈਰਾ ਨੇ ਵੀ ਕਿਹਾ ਹੈ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਖੁਦ ਬਿੱਲ ਭਰਨ ਨਾ ਕਿ ਸਰਕਾਰੀ ਖਜ਼ਾਨੇ ਦੇ ਵਿੱਚੋਂ ਇਹ ਬਿੱਲ ਭਰਿਆ ਜਾਵੇ ਤਾਂ ਦੱਸ ਦਿਓ ਕਿ 15 ਜੂਨ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪ ਸੁਪਰੀਮੋ ਪੰਜਾਬ ਪਹੁੰਚੇ ਸਨ 15 ਜੂਨ ਨੂੰ ਜਲੰਧਰ ਪਹੁੰਚੇ ਸਨ 에어ਪੋਰਟ ਨੂੰ ਜਾਣ ਵਾਲੀਆਂ ਬੱਸਾਂ ਨੂੰ ਹਰੀ ਝੰਡੀ ਦਿਖਾਈ ਗਈ ਸੀ ਸੀਐਮ ਭਗਵੰਤ ਮਾਨ ਉਹਨਾਂ ਦੇ ਨਾਲ ਸਨ ਤੇ ਇਸ ਦੌਰਾਨ 3 ਘੰਟੇ ਦੇ ਲਈ ਮਹਿਜ਼ 3 ਘੰਟੇ ਦੇ ਲਈ ਇੱਕ ਹੋਟਲ ਦੇ ਵਿੱਚ ਰੁਕਦੇ ਨੇ ਉਹਨਾਂ ਦੀ ਟੀਮ ਰੁਕਦੀ ਹੈ ਤੇ ਸਾਰਾ ਖਰਚਾ ਜਿਹੜਾ ਇਹ 218000 ਰੁਪਏ ਹੈ ਇਹ ਸਰਕਾਰ ਦੇ ਖਜ਼ਾਨੇ ਤੇ ਪਾਇਆ ਗਿਆ ਹੈ ਤੇ ਵਿਰੋਧੀ ਧਿਰਾਂ ਇਸ ਤੇ ਸਵਾਲ ਚੁੱਕ ਰਹੀਆਂ ਨੇ ਕਿ ਆਪਣੀ ਜੇਬ ਦੇ ਵਿੱਚੋਂ ਭਰਨਾ ਚਾਹੀਦਾ ਹੈ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਸਹੀ ਹੈ ਕਿ ਗਲਤ